我觉得ਕੱਲ ਨੂੰ ਜੇ ਤੁਹਾਨੂੰ ਨੰਬਰ ਰੱਖੀ ਤੇ ਤੂੰ 200 ਮੈਂ ਕੱਲ ਤੱਕ ਪੂਰੇ ਕਰ ਦੇ ਕੋਈ ਗੱਲ ਨਹੀਂ ਕੋਈ ਬੰਦਾ ਇਹ ਨਹੀਂ ਹੋਣਾ ਚਾਹੀਦਾ ਪੰਜਾਬ 'ਚ ਕਰਫਿਊ ਲੱਗਿਆ ਹੋਣ ਕਾਰਨ ਜਿੱਥੇ ਗਰੀਬ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਉੱਥੇ ਮਦਦ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਹੈ ਜਿਸ ਦੇ ਚੱਲਦਿਆਂ ਹੁਣ ਨਵਜੋਤ ਸਿੰਘ ਸਿੱਧੂ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਨੇ ਜਿਨ੍ਹਾਂ ਵੱਲੋਂ ਆਪਣੇ ਹਲਕੇ ਦੇ ਕਰੀਬ 2000 ਗਰੀਬ ਪਰਿਵਾਰਾਂ ਨੂੰ 15-15 ਦਿਨਾਂ ਦਾ ਰਾਸ਼ਨ ਵੰਡਿਆ ਉੱਧਰ ਇਸ ਮੌਕੇ ਨਵਜੋਤ ਸਿੰਘ ਸਿੱਧੂ ਨਾਲ ਹੋਰ ਵਰਕਰ ਵੀ ਮੌਜੂਦ ਸਨ ਸਮਾਨ ਜਿਹੜਾ ਤਿਆਰ ਹੋ ਰਿਹਾ ਉਹਦੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਵਾਸਤੇ ਜਿਹੜਾ ਸਮਾਨ ਤਿਆਰ ਕਰਾ ਰਹੇ ਨੇ ਉਹਦੀ ਅੱਜ ਜਾਇਜ਼ਾ ਲੈਣ ਵਾਸਤੇ ਇੱਥੇ ਪੁੱਜੇ ਨੇ ਕੱਲ ਨੂੰ ਜੇ ਤੁਹਾਨੂੰ ਨੰਬਰ ਰੱਖੀ ਤੇ ਤੂੰ 200 ਮੈਂ ਕੱਲ ਤੱਕ ਪੂਰੇ ਕਰ ਦੇ ਕੋਈ ਗੱਲ ਨਹੀਂ ਕੋਈ ਬੰਦਾ ਇਹ ਨਹੀਂ ਹੋਣਾ ਚਾਹੀਦਾ ਸਿੱਧੂ ਸਾਹਿਬ ਇੱਕ ਦੋ ਸ਼ਬਦ ਕਰੋਨਾ ਵਾਸਤੇ ਵਾਸਤੇ ਨਵਜੋਤ ਸਿੰਘ ਸਿੱਧੂ ਜੀ ਕੁਛ ਕਹਿਣਾ ਚਾਹੋਗੇ ਅੱਛਾ ਬਹੁਤ ਪੈਸੇ ਉੱਧਰ ਹੋਇਆ ਪੈਕਿੰਗ ਕਰੀ ਜਾ ਯਾਰ ਪੈਕਿੰਗ ਕਰੀ ਤੇ ਫੋਟੋ ਆਈ ਨਹੀਂ ਪਈ ਜਲਦੀ ਜਲਦੀ ਕਰੋ ਯਾਰ ਪੈਕ ਕਰੋ ਪੈਕ ਕਰੋ ਪੈਕ ਕਰੋ ਅੰਮ੍ਰਿਤਸਰ ਤੋਂ ਸੰਨੀ ਸਹੋਤਾ ਦੀ ਰਿਪੋਰਟ ਪੰਡਿਤ ਕਾਸ਼ੀਰਾਮ ਜੀ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ ਮਨਚਾਇਆ ਕੰਮ ਕਾਰੋਬਾਰ ਵਿੱਚ ਰੁਕਾਵਟ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਲਵ ਮੈਰਿਜ ਕਿੱਤਾ ਕਰਵਾਇਆ ਸੰਤਾਨਹੀਨਤਾ ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ ਗੁਪਤ ਰੋਗ ਕੋਰਟ ਕੇਸ ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ ਖੋ ਚੁੱਕਾ ਪਿਆਰ ਪਿਆਰ ਵਿੱਚ ਧੋਖਾ ਗੁਪਤ ਰੋਗ ਤੋਂ ਪਰੇਸ਼ਾਨ ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ ਪੰਡਿਤ ਕਾਸ਼ੀਰਾਮ ਜੀ ਅੱਜ ਹੀ ਫੋਨ ਕਰੋ